ਲਿਆ ਭਾਈ ਲੈ ਮਾਲ ਚੰਗਾ ਲੱਗਦਾ ਤੇ ਮੈਂ ਕਰਦੇ ਜੀ ਗੱਲਬਾਤ ਕੀ ਹਾਲ ਨੇ ਜੀ ਠੀਕ ਹੈ ਜੀ ਵਧੀਆ ਉਹ ਠੀਕ ਹੋ ਹਾਂ ਠੀਕ ਕਿਹੜਾ ਏਰੀਆ ਹੈਗਾ ਜੀ ਤਰੌਲਾ ਏਰੀਆ ਜੀ ਤਰੌਲਾ ਪਿੰਡ ਜੀ ਖੀਵਾ ਕਲਾਂ ਖੀਵਾ ਕਲਾਂ ਆ ਗਿਆ ਜੀ ਤੇ ਕਿਹ ਪਸ਼ੂ ਲੈ ਕੇ ਆਏ ਜੀ ਸੱਤ ਨੇ ਜੀ ਸੱਤ ਨੇ ਜੀ ਕੀ ਆ ਗਈ ਜੀ ਕਿਹੜਾ ਸੂਆ ਜੀ ਇਹਦਾ ਪਹਿਲਾ ਜੀ ਪਹਿਲਾ ਗੱਬਣ ਆ ਗਈ ਹੈ ਹਾਂ ਜੀ ਤੇ ਕਿਦਨ ਕੱਢਦੀ ਹੈ ਜੀ ਇਹ ਲੈ ਜੀ ਪੰਜ ਸੱਤ ਨੇ ਪੰਜ ਸੱਤ ਦਿਨ ਲੈ ਜੀ ਕੱਟੀ ਚੰਗੀ ਆ ਗਈ ਹੈ ਨਾ ਕਿੰਨੇ ਕੁ ਦੁੱਧੀ ਮਾਲਕਣਾ ਦੁੱਧ ਦੇ ਦੂਗੀ 13 14 ਕਿਲੋ ਜੀ 13 14 ਕਿਲੋ ਲੈ ਇੱਧਰ ਤੋਰ ਦੇ ਲੰਬੀ ਤੋਰ ਦੇ 13 14 ਕਿਲੋ ਦੁੱਧ ਜੀ ਦੋਸਤੋ ਬਾਕੀ ਪੁੜਾ ਪੜਾ ਦੇਖ ਸਕਦੇ ਹੋ ਬਣੂਗੀ ਬਹੁਤ ਕੱਟੀ ਜਾ ਕੇ ਹਜੇ ਬਾਈ ਕਹਿੰਦਾ ਕੱਢ ਦੂਗੀ ਦਿਨ ਖਾਸੇ ਭਾਅ ਫਿਰ ਇਹਦਾ 1.65 ਆ ਜੀ 1.65 ਹਾਂਜੀ ਕਿੰਨੇ ਦੇ ਦੇਣੇ ਵਕ ਕਰ ਲਾ ਥੋੜਾ ਬਹੁਤ ਘੱਟ ਕਰ ਲਾ ਡੁੱਡੀ ਦੇ ਦੋਗੇ ਹਾਂ ਦੇ ਦਾਂਗੇ ਨਾ ਮੁੱਲ ਮੌਕੇ ਤੇ ਕਰ ਲਿਓ ਜੀ ਬਾਕੀ ਬਾਈ ਲੈ ਮਾਲ ਹੁੰਦਾ ਹੀ ਆ ਚੰਗਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਇਹਦਾ ਕਿਹੜਾ ਸੂਆ ਜੀ ਇਹਦਾ ਇਹਦਾ ਹੀ ਪਹਿਲਾ ਜੀ ਇਹਦਾ ਵੀ ਪਹਿਲਾ ਸੂਆ ਜੀ ਹਾਂਜੀ ਦੁੱਧੀ ਇਹਦੇ ਲੈ ਇਹ ਤਾਂ ਹੋਊਗਾ ਜੀ ਹੁਣ 12 ਕਿਲੋ 12 ਕਿਲੋ ਤੋਂ ਤਿਆਰ ਆ ਜੀ ਕਿਹ ਕਿਦਨ ਆ ਸੂਈ ਜੀ ਇਹ ਤਾਜੀ ਆ ਜੀ ਚੌਥਾ ਪੰਜਵਾਂ ਦਿਨ ਆ ਚੌਥਾ ਪੰਜਵਾਂ ਦਿਨ ਆ ਜੀ ਬੱਚਾ ਕੀ ਆ ਜੀ ਇਹਦਾ ਕੱਟੀ ਆ ਜੀ ਕੱਟੀ ਆ ਗਈ ਮੈਂ ਬੱਚਾ ਥੋੜਾ ਸੋਚ ਕੇ ਦੱਸ ਦਿੰਦੇ ਦੇਖਦੇ ਨਹੀਂ ਹੁੰਦੇ ਵਪਾਰੀ ਕਹਿ ਦਿੰਦਾ ਇਹ ਦੁੱਗੀ ਆ ਜੀ ਦੁੱਗੀ ਇਹਦਾ ਪਾ ਫਿਰ ਇਹਦਾ ਮੁੱਲ ਕਿੰਨਾ ਇਹਦਾ ਮੁੱਲ ਹੈ ਵੱਡੇ ਭਾਈ ਹੈ ਇਹਦਾ ਪਾ ਕੀ ਕਰਦਾ ਇਹਦਾ 1.5 1.5 ਲੈ ਪਾ ਜਮੀ ਜਾਇਜ਼ ਕਰੀ ਜੰਨਾ ਅਗਲੀ ਆ ਗਈ ਬਣਾ ਲਾ ਭਾਈ ਇਹਦਾ ਕਿਹੜਾ ਸੂਆ ਭਾਈ ਪਹਿਲਾ ਜੀ ਪਹਿਲਾ ਬਸ ਸਿੰਗਾ ਸੁੰਗਾ ਦੀ ਬੜੀ ਚੰਗੀ ਆ ਕੱਟੀ ਦੁੱਧ ਭਾਈ ਉਹਦੇ ਇਹ ਹੋਊਗਾ ਜੀ 12 13 ਕਿਲੋ ਤਿਆਰ 12 13 ਕਿਲੋ ਤਿਆਰ ਆ ਦੇ ਦੂਗੀ 15 16 ਹਾਂ ਜੀ ਮੋਜਣਾ ਇਹ ਤਾਂ ਤੀਜਾ ਦਿਨ ਹੈ ਜੀ ਥਣ ਥਣ ਬੜਾ ਚੰਗਾ ਲੱਗਿਆ ਹਨ ਕੱਟੀ ਦੇ ਹਾਂ ਜੀ ਦੰਦਾਂ ਦੇ ਕਾਇਆ ਡੁੱਗੀ ਆ ਜੀ ਡੁੱਗੀ ਹਾਂ ਜੀ ਦੰਦਾਂ ਦੀ ਡੁੱਗੀ ਆ ਗਈ ਦੋਸਤੋ ਬੜੇ ਬੜੇ ਕੱਟੀਆਂ ਸਾਰੀਆਂ ਚੰਗੀਆਂ ਨੇ ਬਾਈ ਲਵੇ ਇਹਦਾ ਭਾਅ ਫਿਰ ਬਾਈ 160 ਆ ਜੀ ਇਹਦਾ 160 ਭਾਅ ਕਰਦਾ ਹਾਂ ਜੀ ਲੈ ਮੂਰਾ ਥਣਾ ਦਾ ਗੈਪ ਦੇਖ ਲਓ ਜੀ ਕੱਟੀ ਦਾ ਬੰਨ ਦੇ ਬਾਈ ਇਹਦਾ ਬੱਚਾ ਕੀ ਆ ਜੀ ਹਾਂ ਜੀ ਇਹਦਾ ਬੱਚਾ ਆ ਗਿਆ ਇਹਦਾ ਕੱਟਾ ਜੀ ਕੱਟਾ ਆ ਗਿਆ ਇਹਦਾ ਅਗਲੀ ਆ ਗਈ ਇਹਦਾ ਕਿਹੜਾ ਸੂਆ ਬਾਈ ਦੂਜਾ ਜੀ ਦੂਜਾ ਹਾਂ ਜੀ ਦੰਦਾਂ 'ਚ ਚੌਗੀ ਆ ਜੀ ਦੰਦਾਂ 'ਚ ਚੌਗੀ ਆ ਗਈ ਪਾਂਡਾ ਪੁੰਡਾ ਬਹੁਤ ਆ ਦੋਸਤੋ ਬਾਜ਼ਾਰ ਬਾਹਰ ਟੈਟ ਤੇ ਨਹੀਂ ਲਾਉਂਦੇ ਨਾ ਜੀ ਨਾ ਜੀ ਅੱਛਾ ਬਾਹਰ ਟੈਟ ਦਾ ਵੀ ਫਿਰ ਔਖੀ ਹੁੰਦੀ ਆ ਔਖੀ ਹੁੰਦੀ ਆ ਹਨਾ ਹਾਂ ਯਾਰ ਦੁੱਧ ਨਹੀਂ ਆਉਂਦੀ ਛੇਤੀ ਠੀਕ ਆ ਠੀਕ ਆ ਦੁੱਧ ਕਿੰਨਾ ਕਾ ਦੁੱਧ ਹੋਏ ਸਿਰੇ 14 ਜੀ ਦੁੱਧ 14 ਬਾਕੀ ਕੁਆਲਿਟੀ ਵਾਲੇ ਦਾ ਲੇਵਾ ਦਾ ਖਰ ਲਾਉਂਦਾ ਆਪਾਂ ਸੋਹਣਾ ਬਾਜ਼ਾਰ ਵੀ ਹੋਰ ਚੰਗਾ ਨਿਕਲਦੀ ਆ ਹੁਣ ਤਿਆਰ ਆ ਜੀ ਤੀਜਾ ਚੌਥਾ ਦਿਨ ਅਜੇ ਅੱਛਾ ਤੀਜਾ ਚੌਥਾ ਦਿਨ ਆ ਕਹਿੰਦਾ ਸੂਈ ਨੂੰ ਬਾਈ ਕਹਿੰਦਾ ਇਹਦਾ ਪਾ ਕੀ ਕਰਦਾ ਇਹਦਾ ਜੀ 170 170 ਕਿੰਨਾ ਕਰੋ ਦੇ ਦੂ ਬਾਈ ਇਹ ਉਹ ਤਾਂ 17-18 ਕਿਲੋ ਜੀ 17-18 ਕਿਲੋ ਦੁੱਧ ਦੇ ਦੂ ਬਾਈ ਇਹ ਇੱਕ ਬਾਈ ਲਵੇ ਆ ਗਈ ਕੱਟੀ ਇਹਦਾ ਕਿਹੜਾ ਸੂਆ ਬਾਈ ਦੂਜਾ ਜੀ ਦੂਜਾ ਸੂਆ ਆ ਗਿਆ ਦੰਦ ਬਾਈ ਦੰਦ ਚੌਗੀ ਆ ਜੀ ਦੰਦਾਂ ਚੌਗੀ ਆ ਗਈ ਉਸ ਤੋਂ ਸਿੰਗੀ ਸੁੰਗੀ ਬੜੀ ਚੰਗੀ ਆ ਲੇਵਾ ਲੂਵੇ ਦੀ ਭਾਂਡੇ ਭੁੰਡੇ ਦੀ ਵਧੀਆ ਚਵਾਈ ਚਵਾਈ ਕਿਵੇਂ ਤੇਰੇ ਪਸ਼ੂ ਨੇ ਸਾਰਿਆਂ ਦੀ ਚਵਾਈ ਸਹੀ ਆ ਜੀ ਅੱਛਾ ਹਾਂ ਜਮਾ ਬੋਲੀ ਚਵਾਈ ਹੈ ਚਵਾਈ ਚਵਾਈ ਦੀ ਬਾਈ ਕਹਿੰਦਾ ਬੋਲੀ ਆ ਗਈ ਬਾਕੀ ਕੱਦ ਕੱਟ ਸੀਲ ਨੇ ਪਸ਼ੂ ਸਾਰੇ ਦੁੱਧ ਬਾਈ ਦੁੱਧ ਹੋਏ ਸਿਰ 15 ਲੀਟਰ 15 ਲੀਟਰ ਦੁੱਧ ਹੋਊਗਾ ਭਾਅ ਫਿਰ ਇਹਦਾ ਹੈ ਜੀ ਭਾਅ ਇਹਦਾ ਇਹਦਾ 1.75 1.75 ਇਹਦਾ ਭਾਅ ਕਰਦਾ ਇਹਦਾ ਕਿੰਨਾ ਕਰਿਆ ਜੀ ਇਹਦਾ 170 ਇਹਦਾ 170 ਕਰਿਆ ਸੀਗਾ ਇਹਦਾ 1.65 ਇਹਦਾ 1.65 ਕਰਿਆ ਸੀਗਾ ਇਹਦਾ 1.5 ਇਹਦਾ 1.5 ਕਰਿਆ ਸੀ ਬਾਈ ਨੇ ਇਹਦਾ ਜੀ ਇਹਦਾ 1.65 ਇਹਦਾ 1.65 ਲੈ ਬਾਈ ਮੋਬਾਈਲ ਨੰਬਰ ਬੋਲ ਦੇ ਤੇਰਾ ਮੋਬਾਈਲ ਨੰਬਰ 99 154 ਜੀ ਖੜਾ ਖੜ ਜਾ ਮੜਾ ਜਾ 99 154 ਜੀ 154 ਹਾਂ 66645 66645 ਮੇਰਾ ਨੰਬਰ ਕਹਿਦਾ ਹੋਰ ਬੋਲਦਾ ਨਾ ਨਹੀਂ ਆਪਦਾ ਜੀ ਮੇਰਾ ਆਪਦਾ ਤੇਰਾ ਠੀਕ ਆ ਲੈ ਬਾਈ ਦਾ ਪੂਰਾ ਹਸਮੁਖ ਬੰਦਾ ਪੂਰੇ ਚੰਗੇ ਪਸ਼ੂ ਰੱਖਦਾ ਹੈ ਨਾ ਲੈ ਹੋਰ ਕਹੇ ਨੇ ਹੋਰ ਵੀ ਆ ਗਏ ਬਸ ਜੀ ਠੀਕ ਆ ਤੇ ਘਰੇ ਫਿਰ ਕਹੇ ਹੁੰਦੇ ਨੇ ਪਸ਼ੂ ਘਰੇ ਹੁੰਦੀਆਂ ਜੀ 8-9 ਹੁੰਦੀਆਂ ਨੇ ਘਰੇ ਲੈ ਬਾਈ ਚੰਗਾ ਵਪਾਰੀ ਲੱਭ ਕੇ ਤਾਂ ਤੁਹਾਨੂੰ ਤਨਾਉ ਲੇਰੀ ਵਾਸਤੇ ਘਰੇ ਦੁੱਧ ਪੂਰਾ ਕਰਕੇ ਲਿਆਓ ਜੇ ਪਸ਼ੂ ਹਾਂ ਜੀ ਘਰੇ ਚੋ ਕੇ ਲਿਆਓ ਠੀਕ ਆ ਲਿਆ ਜੋ ਜੀ ਹੋਰ ਕਰਦੇ ਆ ਗੱਲਾਂ ਮਤਲਬ ਦੋਸਤੋ ਆ ਮੈਂ ਆ ਗਿਆ ਬਾਈ ਦੀ ਆਪਾਂ ਨੰਬਰ ਲੈ ਕੇ ਦੇਵਾਂਗੇ ਨਾਂ ਪੁੱਛਾਂਗੇ ਪਿੰਡ ਪੁੱਛਾਂਗੇ
17 किलो दिता पिछले सूए। अच्छा कल दी सूई है इसकी तो बौला ही है हजे हजे तो दो चवाइया हुई है। ठीक है दो चवाइया। हां जी भाई भा फिर दा भा जी दा 120 मांगदे ने वीरे 120 मांगदे। हां जी अगली भाई ओ आ गई है बड़ी अगली ओ आ जी। ले भाई ले पशु सारे डबल ने भाई। इहदा केड़ा सूआ? इहदा भी तीजा सूआ जी भाई। तोरी इहनू खोल के आ कड्ड ओए भाई। मतलब ए भी ताजी सूई लगदी है ना? ए भी जी कल दे आई सूई है। ਕੱਲ ਦੀ ਸੂਈ ਆ ਬੱਚਾ ਆ ਪੀਗਾ ਤੋਰ ਦੇ ਨੂੰ ਕੱਢੀ ਬਾਈ ਬਾਰੇ ਨੂੰ ਵੱਡੇ ਪਸ਼ੂ ਲੱਗਦਾ ਹਨਾ। ਹਾਂ ਹਾਂ ਵੀਰੇ ਸਾਰਾ ਹੀ ਦੁੱਧ ਵਾਲਾ ਮਾਲ ਆ। ਹੈ ਦੁੱਧ ਵਾਲਾ ਮਾਲ ਆ ਜੀ ਸਾਰੇ ਦੁੱਧ ਵਾਲਾ ਮਾਲ ਆ। ਪੱਤੀਆਂ ਘੱਟ ਲੈਂਦਾ ਬਾਈ ਕਹਿੰਦੇ ਬਾਈ। ਇਹ ਕਿੰਨਾ ਦੁੱਧ ਪਾ ਦੂਗੀ ਇਹਨੇ ਵੀਰੇ? ਦਿੱਤਾ 13 ਕਿਲੋ ਪਿਛਲੇ ਸੂਏ। ਅੱਛਾ 13 ਕਿਲੋ ਦਿੱਤਾ ਪਿਛਲੇ ਸੂਏ। ਹਾਂ ਜੀ ਹਾਂ ਜੀ ਮੋੜ ਲਿਆ 15 ਮੋੜ ਲਿਆ ਬਾਈ 1500 ਦੇ ਤੂੰ ਇਤਕੀ ਵੀਰੇ ਦੇਣਾ ਚਾਹੀਦਾ ਜਾਨ ਨੂੰ ਚੰਗੀ ਆ। ਹਾਂ ਦਾਨ ਬਾਈ ਪਾ ਇਹਦਾ ਇਹਦਾ 1.5 ਆ ਜੀ 1.5। ਅਗਲੀ ਕਿਹੜੀ ਹੈਗੀ? ਅਗਲੀ ਵੀਰੇ ਆਹ ਝੋਟੀ ਸੋਈ ਹੈ ਉਹ ਵੀ ਕਾਲੀ ਹੋਈ ਆ। ਬੰਨੇ ਕੋਈ ਤੇਰਾ ਇਹ ਵੀ ਤਾਜੀ ਆ ਦੋਸਤੋ ਨਾਲੋਂ ਨਾਲ ਆ। ਨਾ 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 ਇਹ ਨਹੀਂ ਗੱਲ ਦਾ। ਹਾਂ ਬੰਨ ਕੇ ਆ ਇੱਧਰ ਬਾਈ। ਇਹਦਾ ਸੂਆ ਕਿਹੜਾ? ਇਹ ਵੀ ਦੂਜਾ ਸੂਆ ਜੀ। ਦੂਜਾ ਸੂਆ ਆ ਗਿਆ ਜੀ ਇਹਦਾ ਦੁੱਧ ਬਾਈ। ਇਹਨੇ ਕਰਿਆ ਵੀਰੇ 15 ਕਿਲੋ ਪਹਿਲੇ ਸੂਏ। ਅੱਛਾ ਪਹਿਲੇ ਸੂਏ 15 ਕਿਲੋ ਦੀ ਇਹ ਵੀ ਕੱਲ ਦੀ ਸੂਈ ਆ। ਅੱਛਾ ਪਾਂਡਾ ਪੁੰਡਾ ਬਹੁਤ ਹੈ ਜੀ ਨਾ ਚਵਾਈਆਂ ਹੋਈਆਂ ਹੋਈਆਂ ਪਹਿਲਾਂ ਤਾਂ ਬਾਲੀ ਚੰਗੀ ਬਣ ਗਈ ਜੀ। ਅੱਛਾ ਥਾਣਾ ਥੋਣਾ ਦਾ ਗੈਪ ਚੰਗਾ ਕੱਟੀ ਦਾ ਥੋੜਾ ਸੰਗੇ ਖੁੱਲਾ ਆ ਗਿਆ ਆਪਦੀ ਨਹੀਂ ਲਈ ਬਾਈ ਪਾ ਇਹਦਾ। ਇਹਦਾ 31 ਹੈ ਜੀ 31 ਕਰਦਾ ਪਾ ਇਹਦਾ। ਹੋਰ ਕਿਹੜੀ ਆਪਣੇ ਲਈ ਹੋਰ ਜੀ? ਬਾਕੀ ਗੱਬਣਾ ਇੱਕ ਵੱਡੀ ਮੈਂ ਸੂਈ ਹੋਈ ਉਹ ਵੀ ਵੱਡੀ ਆਪਣੀ। ਹਾਂ ਲੈ ਉਹ ਵੀ ਬਾਈ ਦੀ ਆ। ਇਹ ਵੀ ਮਤਲਬ ਤਾਜ਼ੀ ਸੂਈ ਆ ਨਾ ਬਾਈ? ਇਹ ਵੀ ਕੱਲ ਦੀ ਸੂਈ ਆ ਜੀ ਗਿੱਲਾ ਹੀ ਸੂਆ ਹੈ ਮਾਲ। ਆਇਓ ਤੋਰ ਦੇ ਇੱਧਰ ਨੂੰ ਲੈ ਕੱਟ ਤੋਰ ਬਾਈ ਇਹਨੂੰ ਵੀ। ਸੂਆ ਬਾਈ ਇਹਦਾ? ਇਹ ਵੀ ਤੀਜਾ ਸੂਆ ਜੀ। ਲੈ ਤੀਜਾ ਸੂਆ ਆ ਗਿਆ ਲੇਵੇ ਜੀ ਤੱਕ ਦੋਸਤੋ। ਮੂਹਰੇ ਆ ਮੂਹਰੇ ਵੀ ਲੇਵਾ ਬਹੁਤ ਆਪਾਂ ਹੀ ਕਹਿ ਸਕਦੇ ਵੀ ਘੱਟ ਲੇਵਾ ਬਹੁਤ ਲੇਵਾ। ਬਾਈ ਕਿੰਨੇ ਕੁ ਦੋਤੇ ਉੱਡਦੇ ਆਈ ਸੀ ਇਹ? ਇਹਨੇ ਬਾਈ 18 ਕਿਲੋ ਦਿੱਤਾ ਪਿਛਲੇ ਸੂਏ। ਪਿਛਲੇ ਸੂਏ 18 ਕਿਲੋ ਦਿੱਤਾ ਜੀ ਇਹ। ਹਾਂ ਐਤਕੀ ਤੀਜਾ ਸੂਆ ਜੀ ਇਹਦਾ? ਤੀਜਾ ਜੀ ਤੀਜਾ ਤੀਜਾ ਸੂਆ ਜਾਂ ਕਿ ਤੀਜੇ ਸੂਏ ਜਾ ਕੇ ਪਸ਼ੂ ਦਾ ਤਿਆਰ ਕਰਦਾ ਹਨਾ। ਹਾਂਜੀ ਹਾਂਜੀ ਹੋਰ ਬਾਈ ਕੱਢੀਆਂ ਨੇ ਆਪਣੀਆਂ? ਹਾਂਜੀ ਹੋਰ ਕੱਢੀਆਂ ਹੋਰ ਗੱਬਣਾ ਜੀ ਗੱਬਣਾ ਆ ਵੀ ਬਾਈ ਆਪਣੀ ਹੈ? ਆ ਵੀ ਆਪਣੀ ਹੈ ਜੀ ਇਹਨੇ ਸੋਣਾ ਇਹ ਕਾ ਆ ਗਈ ਬਾਈ ਹੈ। ਹਾਂਜੀ ਬਾਈ ਕੱਢੀ ਇਹਨੂੰ ਫੜ ਇਹਨੂੰ ਕੱਢ ਨੂੰ ਬਾਹਰ ਉਹ ਫੜ ਲਾ ਦੋ ਉਹਨੂੰ ਬੱਚੇ ਨੂੰ ਫੜ ਕੱਢ ਦੇ ਬਈ ਆ ਕੱਢ ਦੇ ਲੈ ਗੱਬਣ ਪੁੱਤ ਨੂੰ ਆ ਨਾਲੇ ਹੁਣ ਬਈ ਆ ਕਿਹੜੇ ਸੂਏ ਸੂਗੀ ਹੈ ਵੱਡੇ ਭਾਈ? ਇਹਨੇ ਤੀਜੇ ਸੂਣਾ ਜੀ ਤੀਜੇ ਸੂਏ ਕਿੰਨੇ ਦਿਨ ਪਏ ਨੇ ਇਹਦੇ? 10 ਦਿਨ ਪਏ ਆ ਜੀ 10 ਦਿਨ ਭਾ ਜੀ ਇਹਦਾ? ਇਹਦਾ 120 ਹੈ ਜੀ 120 ਇੱਕ ਆ ਗਈ ਜੀ। ਹਾਂਜੀ ਇਹਨੇ ਇੱਕ ਦਿਨ ਕੱਢੂ ਜੀ? ਇਹਨੇ ਦੂਜੇ ਸੂਣਾ ਜੀ ਇਹਦਾ ਹਫਤਾ ਪਿਆ ਦੂਜੇ ਸੂਗੀ ਜੀ? ਹਾਂਜੀ ਹਾਂਜੀ ਹਫਤਾ ਪਿਆ ਦੂਜੇ ਸੂਗੀ ਭਾ ਜੀ ਇਹਦਾ? ਇਹਦਾ 1.5 ਆ ਜੀ 1.5 ਮੈਂ ਬਾਈ ਲੈ ਮਾਲ ਜਾ ਦਿਆ ਨਵਾਇਆ ਨਵਾਇਆ ਹੈ ਨੀ ਗਾ ਬਾਈ ਨੇ ਹਜੇ ਇੰਨਾ ਤਿਆਰ ਨਹੀਂ ਕਰਿਆ ਹੈਗਾ ਥੋੜਾ ਠੰਡ ਕਰਕੇ ਉਸ ਨੂੰ ਬਹੁਤ ਠੰਡ ਮੰਨ ਇੱਥੇ ਹੀ ਲਾ ਦੇ ਹੁਣੇ ਲਾ ਦੇ ਹੋਰੀ ਇੱਕ ਬਾਈ ਆ ਗਈ ਹੈ। ਹਾਂਜੀ ਇਹ ਵੀ ਕੱਢ ਦੇ ਝੋਟੀ ਚੰਗੀ ਲੱਗਦੀ ਆ ਐਂ ਤਾਂ ਲੈ ਗਿਆ ਹੁਣ ਉਧਰ ਹਾਂ ਆ ਕੱਢੀ ਬਾਈ ਕੱਢ ਕੱਢ ਇਹਨੂੰ ਬੰਦ ਦੂਏ ਨੂੰ ਸੁਧੀ ਜਾਂਦਾ ਚੱਲ ਉਧਰ ਲੈ ਆ ਕੱਢ ਦੇ ਉਧਰ ਓ ਮੈਂ ਕੱਢ ਬਾਹਰ ਨਹੀਂ ਮਾਰਾ ਛੱਡ ਨਹੀਂ ਲੈ ਦੋਸਤੋ ਇੱਕ ਆ ਗਈ ਬਾਈ ਦਾ ਮਾਲ ਵਿਕੀ ਜਾਂਦਾ ਡਬਲ ਪਸੂ ਨੇ ਐ ਤੋਰ ਦਿੱਤਾ ਛੱਡ ਨਹੀਂ ਹੁੰਦਾ ਸਿੰਘਾ ਸੁੰਗਾ ਦੀ ਕੁੰਡੀ ਆ ਬਾਈ ਇਹਦਾ ਕਿਹੜਾ ਸੂਆ? ਇਹਦਾ ਦੂਜਾ ਸੂਆ ਜੀ ਕਿਹ ਕਿਦਨ ਕੱਢਦੀ ਇਹ ਮਤਲਬ ਕੱਢ ਦੂਗੀ 7-8 ਦਿਨ ਹਜੇ ਆਰਾਮ ਨਾਲ ਬਣੂ ਮੁਰੇ ਦਾ ਆ ਜਾ ਪਸੂ ਬਾਈ ਲਵੇ ਚੰਗੇ ਪਸੂ ਨੇ ਸਾਰੀ ਬੰਨ ਦੇ ਬਾਈ ਬਾਈ ਇਹਦਾ ਕੀ ਭਾ? ਕਿਹੜੀ
ਬਾਈ ਪਾ ਕੀ ਇਹਦਾ ਕਿਹੜੀ ਦਾ ਜੀ ਇਹਦਾ 120 ਹੈ ਜੀ 120 ਪਾ ਕਰਦਾ ਬਾਈ ਲੈ ਗਾਹਕ ਲੱਗ ਰਿਹਾ ਆ ਪਰਲੀ ਮੈਂ ਖੋਲ ਲੈ ਜਾ ਓਏ ਨਾ ਸੌਦਾ ਹੋਏ ਜਾ ਉਹਦਾ ਆ ਕੱਢ ਬਾਹਰ ਲੈ ਜਾ ਉਹਦੇ ਕੋਲ ਇੱਕ ਬਾਈ ਲਵੇ ਆ ਗਈ ਇਹਦਾ 120 ਹੈ ਵੀਰੇ ਬਾਈ ਇਹ ਕਿਹੜੇ ਕਿਦਨ ਕੱਢਦੀ ਆ ਇਹ 10 ਦਿਨ ਪਏ ਆ ਜੀ 10 ਦਿਨ ਆਵੇ ਸੋਈ ਹੋਈ ਆ ਹਾਂ ਪਾ ਬਾਈ ਕੀ ਇਹਦਾ ਇਹਦਾ ਮੁੱਲ ਜੀ ਲੱਖ ਰੁਪਏ ਕਰਦੇ ਆ ਲੱਖ ਰੁਪਏ ਮੁੱਲ ਕਿੰਨਾ ਕੁ ਦੁੱਧ ਦੇ ਦੂਜੀ ਇਹ ਇਹਨੇ 15 ਕਿਲੋ ਦਿੱਤਾ ਵੀਰੇ ਪਿਛਲੇ ਸੂ 15 ਕਿਲੋ ਦੁੱਧ ਲੈ ਬਾਈ ਆਪਣਾ ਨਾਮ ਦੱਸ ਦੇ ਪਿੰਡ ਦੱਸ ਦੇ ਤੇ ਜ਼ਿਲ੍ਹਾ ਦੱਸ ਦੇ ਮਨਾ ਵੀਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਮ ਮਨਾ ਆ ਗਿਆ ਹਾਂਜੀ ਪਿੰਡ ਮੋਹਣ ਮਾਜਰਾ ਪਿੰਡ ਮੋਹਣ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਂਜੀ ਤੇ ਮੋਬਾਈਲ ਨੰਬਰ ਬਾਈ 95920 ਜੀ 95920 ਜੀ 32481 32481 ਹਾਂਜੀ ਬਾਈ ਘਰੇ ਵੀ ਇਹੀ ਪਸ਼ੂ ਹੁੰਦੇ ਨੇ ਹਾਂਜੀ ਹਾਂਜੀ ਘਰੇ ਹੀ ਵਾਧੂ ਆ ਵੀਰੇ ਕੱਟੀਆਂ ਘੱਟ ਲੈਣਾ ਕੱਟੀਆਂ ਘੱਟ ਮੈਂ ਹੀ ਲੈਣੇ ਦੁੱਧ ਵਾਲੀ ਠੀਕ ਹੈ ਠੀਕ ਹੈ ਦੁੱਧ ਵਾਲੇ ਪਸ਼ੂ ਰੱਖਦਾ ਵਿੱਚ ਘਰੇ ਜਾ ਕੇ ਚਵਾ ਕੇ ਹੋ ਜੇ ਜੋ ਕੇ ਲਵੇ ਵੀਰੇ ਪੰਜ ਮਰਜ਼ੀ ਬੰਦਾ ਤਸੱਲੀ ਕਰਕੇ ਆਪਣੇ ਕੋਲ ਰਹਿ ਜਾਏ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹਾਂਜੀ ਹਾਂਜੀ ਆ ਬਾਈ ਨਾਲ ਕਰਦੇ ਆ ਗੱਲਬਾਤ ਮੈਨੂੰ ਲੱਗਦਾ ਪਹਿਲਾਂ ਵੀ ਵੀਡੀਓ ਬਣਾਈ ਤੇ ਜੀ ਕੀ ਹਾਲ ਨੇ ਮਹਾਰਾਜ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਆ ਬਾਈ ਨਾਮ ਕੀ ਹੈ ਜੀ ਪੂਰਾ ਜੀ ਨਰਿੰਦਰ ਸਿੰਘ ਪੂਰਾ 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 ਕਹਿੰਦੇ ਨੇ ਗੱਭਰੂ ਨੂੰ ਹਾਂਜੀ ਹਾਂਜੀ ਲੈ ਪਹਿਲਾਂ ਇਕੱਠਿਆਂ ਦਾ ਹੋਣਾ ਬਾਕੀ ਮੋਬਾਈਲ ਨੰਬਰ ਲੈ ਕੇ ਦਵਾਂਗੇ ਤੁਹਾਨੂੰ ਕਿਹੜਾ ਸੂਆ ਆ ਪਹਿਲਾ ਸੂਆ ਬਾਈ ਤੋੜ ਦੇ ਲੰਬੀ ਤੋੜ ਦੇ ਪਹਿਲਾ ਸੂਆ ਪਹਿਲਾਂ ਇਕੱਠੀ ਆ ਗਈ ਦੋਸਤੋ ਬਾਕੀ ਲੇਵਾ ਲੂਆ ਬੜਾ ਚੰਗਾ ਭਾਂਡੇ ਭੁੰਡੇ ਦੀ ਸਾਫ ਆ ਦੁੱਧ ਕਿੰਨਾ ਗਾ ਬਾਈ ਰਾਤ ਦੀ ਸੂਈ ਵੀ ਆ ਅੱਛਾ ਰਾਤ ਦੀ ਸੂਈ ਆ ਹਾਂ ਬੋਲੇ ਜੋ ਖਾਲੀ ਕਰ ਕੀ ਪਾਈ ਕਰ ਲੈ ਬੋਲੇ ਜੋ ਖਾਲੀ ਹਾਂਜੀ ਹਾਂਜੀ ਖਾਲੀ ਕਰ ਕੀ ਪਾਈ ਖਾਲੀ ਕਰਕੇ ਪਾ ਦੀ ਕਹਿੰਦਾ ਮੰਡੀ ਤੇ ਤੋੜ ਦੇ ਲੰਬੀ ਤੋੜ ਦੇ ਜਾਨਵਰ ਚੰਗਾ ਹੀ ਪਾਪੂ ਫਿਰ ਕੀ ਕਰਦਾ ਆ ਵੀ ਦੇ ਚੌਗੀ ਅਮੂ ਤੇ 1-10 ਮੰਗਦੇ ਮੁੱਲ ਚੌਗੀ ਅਮੂ ਚੋਂ 1-10 ਹਾਂਜੀ ਹਾਂਜੀ ਲੱਖ ਦੀ ਦੇ ਦੇਗਾ ਹਾਂਜੀ ਹਾਂਜੀ ਮੈਂ ਲੱਖ ਦੀ ਦੇ ਦੂਗਾ ਬਾਕੀ ਮੈਂ ਲਾ ਹੋਰ ਵੀ ਕਰ ਦੂ ਮਾਨ ਤਨ ਮੌਕੇ ਤੇ ਚਵਾਈ ਚੂਈ ਦੀ ਸਾਫ ਆ ਜਮਾ ਲੈ ਬਾਈ ਲਵੇ ਕਾ ਆ ਗਈ ਦੂਜੀ ਸੂਆ ਕਿਹੜਾ ਬਾਈ ਦਾ ਦੂਜਾ ਸੂਆ ਬਾਈ ਭਾਂਡਾ ਬਹੁਤਾ ਬਾਜ਼ਾਰ ਮਲਾ ਤਗੜਾ ਲਾ ਰਖਿਆ ਜਾਦੇ ਨਹੀਂ ਨਹੀਂ ਬਾਈ ਦੁੱਧ ਬਹੁਤ ਆ ਅੱਛਾ ਹਾਂਜੀ ਕਿੰਨਾ ਕੁ ਦੁੱਧ ਆ ਬਾਈ 15 ਕਿਲੋ 15 ਕਿਲੋ ਦੁੱਧ ਆ ਹਾਂਜੀ ਆ ਜਾ ਉਰੇ ਦੁੱਧ ਵਾਲੇ ਪਸ਼ੂ ਦਾ ਹੁੰਦਾ ਜੀ ਭਾਂਡਾ ਪਤਾ ਚੱਲ ਚੌੜ ਨਾਲ ਚੌੜ ਹੁੰਦੀ ਆ ਸੂਆ ਇਹਦਾ ਦੂਜਾ ਦੂਜਾ ਸੂਆ ਬਾਈ ਠੀਕ ਆ ਤੇ 5-7 ਦਿਨ ਦੀ ਸੂਈ ਹੋਈ ਕਰਦੀ ਆ ਥੋੜੀ ਤੁਰਨ ਵਾਲੇ ਖਾਣਾ ਥੋਣਾ ਦਾ ਗੈਪ ਚੰਗਾ ਭਾ ਕੀ ਕਰਦਾ ਫਿਰ ਇਹਦਾ 1-10 ਬਾਈ 1-10 ਭਾ ਕਰਦਾ ਹਾਂਜੀ ਕਿੰਨੇ ਦੇ ਦੇਗਾ ਦੇਵਾਂਗੇ ਬਾਈ ਲੱਖ ਦੀ ਜੀ ਲੱਖ ਦੀ ਦੇ ਦੇਗਾ ਹਾਂਜੀ ਲੈ ਫਿਰ ਮੋਬਾਈਲ ਨੰਬਰ ਬੋਲ ਤੇਰਾ 9988 9988 77 77 5842 5842 ਪੰਜਾਬੀ ਚ ਬੋਲਦੇ ਜਿਵੇਂ ਆਪਾਂ ਬੋਲਦੇ ਹੁੰਦੇ ਆ 9999888 ਹਾਂ 775842 ਠੀਕ ਹੈ ਲੈ ਅੰਗਰੇਜ਼ੀ ਬੋਲਦਾ ਆਪਾਂ ਪੰਜਾਬੀ ਕਹਿੰਦੀ ਚੱਲ ਕੋਈ ਨਹੀਂ ਬੋਲਦਾ ਤਾਂ ਹੀ ਤਾਂ ਬੜਾ ਟਰਾਲੀ ਮੰਡੀ ਦੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਪੰਤ ਡੇਰੀ ਫਾਰਮ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹ ਨਾਲ ਸਾਨੂੰ ਹੌਸਲਾ ਮਿਲਦਾ ਜਿਹੜੇ ਵੀਰ ਸਾਡੀ ਵੀਡੀਓ ਹਲੇ ਕਮੈਂਟ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਮੰਡੀ ਖਰ ਚੰਗੀ ਲੰਗੀ ਤੇ ਥੋੜਾ ਥੋੜਾ ਇਹ ਮੰਡੀ ਨੇ ਆਪਾਂ ਕਹਿ ਸਕਦੇ ਵੀ ਤੇਜ਼ੀ ਆਉਣ ਲੱਗ ਗਈ ਬਾਕੀ ਦੇਖਦੇ ਆ ਹੋਰ ਮੰਡੀਆਂ ਦੀ ਵੀਡੀਓ ਬਣਾਉਂਦੇ ਰਹਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਸ਼ੇਅਰ ਦੱਬ ਕੇ ਕਰਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਮਿਲਦੇ ਹਾਂ ਜੀ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ।